हाँ हूँ भी हुक्म हो जाए ऐसा नहीं करवाते ना माल वेखना तुर जाना वतन बड़ा प्यारा नानिया दूम ला के वंडन पाए। अच्छा असि सालम ते मैं ते पै गया उन्होंने। अच्छा जी बरसे लै गए और ट्यूमर सट के फज गया। अच्छा जी जे हुण तुहानू लै जाइए तो घर पहुँच जाओगे? पहुँच जाओगे तुहानू जाके पिंड छड़ दिए घर लभ लोगे उस जगह? लभ लाँगे जी। अच्छा जी नहीं लभ लाँगे साडा जिला 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 सी ना साडा मशहूर पिंड सी। अच्छा हाँ कादे च मशहूर सी? लड़ाइया डाकिया जी पुत्र। अच्छा जी जमीन पूरी पै गई सी? नहीं है जमीन पै गई चौथा हिस्सा। अच्छा तीन हिस्से कट लग गया? कट लग गया। अच्छा झूंटा जी हाँ। अच्छा फिर हाथ घुट छड़ दे हो पूरा? नहीं 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 जरा मेरे नाम दस मैं पै छ। अच्छा जी आंदे हैं बाबे ने मिलिया जे ना वे ओ तो वहां होना जमाने तुम। अच्छा तो वहां इतना फर्क पै गया? इतना पै गया पुत्र सवा रुपया शेर क्यों दा सवा रुपया क्यों आया? वाह जी वाह फिर तो पींदे होने लोटिया नाल। लोटिया नाल पींदे दा। अच्छा जी ताई ते भलवानी करदे हो हाथ घुटदे हो? बल्ले 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 हुण तुसीं तैयारी करो हुण तुहानूं खड़ना है हिंदुस्तान। ओए क्या चढ़िया बाबे नूं? ओ मैनूं लै चल बस तैयारी करो उत्थे मैनूं आउण नहीं देणा किसे बाबे राम वर्गा घोड़ा ते घोड़ी वी किसे रखी है। अस्सलाम वालेकुम जी। वालेकुम सलाम जी की हाल है तुहाडा? बस ठीक है जी अल्लाह ने कर। अच्छा जी ते अपना नाम की है? खुशी मोहम्मद। खुशी मोहम्मद ते अब्बा जी दा? मंसूरा। मंसूरा ते दादा जी दा? मताब। मताब ते अपनी बरादरी केड़ी है? राजपूत। राजपूत पट्टी? हाँ। वाह जी वाह ਇਹ ਕਿਹੜਾ ਪਿੰਡ ਹੈ ਜਿੱਥੇ ਅਸੀਂ ਬੈਠੇ ਹਾਂ? ਇਹ ਜੀ ਡੇਰਾ ਬਾਠ ਹੈ। ਡੇਰਾ ਬਾਠ? ਡੇਰਾ ਬਾਠ ਠੀਕ ਹੈ। ਇਹਦੀ ਤਹਿਸੀਲ? ਇਹਦੀ ਤਹਿਸੀਲ ਨਿਸ਼ਾਵਰਾ। ਜ਼ਿਲ੍ਹਾ ਗੁਜਰਾਲਾ ਹੈ? ਜ਼ਿਲ੍ਹਾ ਗੁਜਰਾਲਾ। ਇਹਦੇ ਆਲੇ ਦੁਆਲੇ ਕੋਈ ਦੋ ਚਾਰ ਪਿੰਡਾਂ ਦੇ ਦੱਸੋ ਹਾਂ ਨਾਂ। ਆਹ ਵੱਲੋਂ ਕੀ ਕੁੜ ਹੈ ਆਹ ਬਾਠ। ਬਾਠ ਤੇ ਇੱਧਰ ਹਰਪਾਲ। ਹਰਪਾਲ ਆਪਣਾ ਹਿੰਦੁਸਤਾਨ 'ਚ ਕਿਹੜਾ ਪਿੰਡ ਸੀ? ਹਾਂਸਪੁਰ। ਹਾਂਸਪੁਰ ਅਤੇ ਤਹਿਸੀਲ? ਫਤਿਹਗੜ੍ਹ। ਜ਼ਿਲ੍ਹਾ? ਜ਼ਿਲ੍ਹਾ ਹਿਸਾਰ। ਜ਼ਿਲ੍ਹਾ ਹਿਸਾਰ ਇਹ ਜਦੋਂ ਜਿਹੜਾ ਆਪਣਾ ਪਿੰਡ ਸੀ ਹਾਂਸਪੁਰ ਉਹਦੇ ਨਾਲੇ ਕਿਹੜੇ ਕਿਹੜੇ ਪਿੰਡ ਸਨ? ਆਲੂਪੁਰ ਬਗਲਪੁਰ ਲੋਹੜ ਪੀਰਾ। ਠੀਕ ਹੈ ਅਤੇ ਫਤਿਹਾਬਾਦ ਆਪਣੇ ਤੋਂ ਕਿੰਨੀ ਦੂਰ ਸੀ? ਮੇਰਾ ਖਿਆਲ 10-15 ਮੀਲ। 10-15 ਮੀਲ ਅਤੇ ਹਿਸਾਰ ਕਿੰਨੀ ਦੂਰ ਸੀ? ਹਿਸਾਰ 18 ਮੀਲ। 18 ਮੀਲ ਅਤੇ ਜਦੋਂ ਇਹ ਵੰਡ ਹੋਈ ਹੈ ਦੋ ਮੁਲਕ ਵੱਖਰੇ ਵੱਖਰੇ ਬਣ ਗਏ ਹਨ ਉਦੋਂ ਆਪਣੀ ਉਮਰ ਕਿੰਨੀ ਸੀ? ਉਮਰ 25 ਸਾਲ ਹੋ ਗਈ। ਫਿਰ ਤਾਂ ਤਗੜੇ ਸੋ। ਜਿਹੜਾ ਆਪਣਾ ਪਿੰਡ ਸੀ ਉੱਥੇ ਸਾਰੇ ਰਾਜਪੂਤ ਹੀ ਰਹਿੰਦੇ ਹਨ ਜਾਂ ਕੋਈ ਹੋਰ ਬਰਾਦਰ? ਰਾਜਪੂਤ ਹੀ ਸਨ ਸਾਰੇ ਟੋਟਲ। ਹਾਂ ਅਤੇ ਕੋਈ ਸਿੱਖ ਹਿੰਦੂ ਕੋਈ ਹੋਰ ਕੌਮਾਂ? ਖੱਤਰੀ। ਖੱਤਰੀ ਰਹਿੰਦੇ ਹਨ? ਖੱਤਰੀ ਰਹਿੰਦੇ। ਕਿੰਨੇ ਦੁਕਾਨਾਂ ਕਰਦੇ? ਕਿੰਨੇ ਕੁ ਘਰ ਸਨ? 2-3 ਘਰ ਸਨ। ਕਿਹੜਾ ਟਾਈਮ ਸੀ ਜਦੋਂ ਅਸੀਂ ਪਿੰਡੋਂ ਨਿਕਲੇ ਹਾਂ ਉੱਥੋਂ? ਉਹ ਟਾਈਮ ਸੀ ਜੀ ਅੱਛਾ ਪੇਸ਼ੀ ਦਾ ਟਾਈਮ ਸੀ ਜੀ
ਅੱਛਾ ਜਦੋਂ ਪਿੰਡੋਂ ਜਿਹੜੇ ਜੰਗ ਸਿੱਖ ਆਏ ਨੇ ਅੱਛਾ ਪੇਸ਼ੀ ਵਾਲੇ ਪਿੰਡੋਂ ਨਿਕਲੇ ਹੋ ਹਾਂਜੀ ਚੱਲ ਨੂੰ ਵੜ ਗਏ ਕਿੱਧਰ ਨੂੰ ਤੁਰ ਗਏ ਚੱਲ ਨੂੰ ਅੱਛਾ ਜੰਗਲ 'ਚ ਸਾਡੀ 200 ਕੁ ਮਾਰ ਵੇਚ ਅੱਛਾ ਉੱਧਰ ਤੁਰ ਗਏ ਉੱਥੇ ਪਿੰਡ ਸੀ ਇੱਕ ਬਿਲ ਹੋਇਆ ਅੱਛਾ ਅਗਲਾ ਕਿਸੇ ਜ਼ਮਾਨੇ ਦਾ ਉੱਥੇ ਹੋਇਆ ਸੀ ਜੀ ਉੱਥੇ ਜਾ ਕੇ ਦੋ ਤਰ੍ਹਾਂ ਪਿੰਡ ਇਕੱਠੇ ਹੋ ਗਏ ਅੱਛਾ ਦੋ ਤਰ੍ਹਾਂ ਪਿੰਡ ਇਕੱਠੇ ਹੋ ਗਏ ਉੱਥੇ ਉੱਥੋਂ ਫਿਰ ਬਿਗੜ ਅੱਛਾ ਜੰਗ ਲੱਗਾ ਸੱਤ ਕੜੇ ਪੈ ਗਏ ਉਹਦਾ ਅੱਛਾ ਬਿਗੜ ਦੇ ਸੱਤ ਕੜੇ ਪੈ ਗਏ ਅਤੇ ਇੱਕ ਬੰਦੇ ਨੇ ਨਲਕੇ ਦੀ ਤੋਪ ਬਣਾ ਕੇ ਅਤੇ ਚਲਾਈ ਅੱਛਾ ਆਪ ਵੀ ਮਰ ਗਿਆ ਅਤੇ ਉਹਨੇ ਕੋਈ ਕਿੱਲਾ ਕੁ ਲੈ ਗਈ ਤੋਪ ਅੱਛਾ ਜੀ ਕਿੱਲਾ ਤੋਪ ਲੈ ਗਈ ਅੱਛਾ ਕੋੜੀਆਂ ਬੰਦੇ ਮਰ ਗਏ ਉਹਨਾਂ ਨੇ ਅੱਛਾ ਕੋਈ 400 ਕੁ ਹਜ਼ਾਰ ਬੰਦਾ ਮਰ ਗਿਆ ਕੜਾ ਟੁੱਟ ਗਿਆ ਅੱਛਾ ਕੜਾ ਟੁੱਟ ਗਿਆ ਜੀ ਵਾਹ ਅੱਛਾ ਕੜਾ ਟੁੱਟ ਗਿਆ ਅਸੀਂ ਆਉਂਦੇ ਅਤੇ ਸੋਨਾ ਚਾਂਦੀ ਆ ਟੂਬਾਂ ਵੰਡਦੇ ਪਏ ਨੇ ਹਿੰਦੂ ਮੁਸਲਮਾਨਾਂ ਨੇ ਲਾ ਕੇ ਅੱਛਾ ਟੂਮਾਂ ਵੀ ਲਾ ਲਈਆਂ ਸਾਰਾ ਕੁਝ ਮਾਰ ਛੜਿਆ ਜਨਾਨੀਆਂ ਦੀਆਂ ਟੂਮਾਂ ਲਾ ਕੇ ਉਹ ਵੰਡਣ ਪਏ ਅੱਛਾ ਅਸੀਂ ਸਾਲਮ ਅਤੇ ਮੈਂ ਅਤੇ ਅਸੀਂ ਪੈ ਗਏ ਉਹਨਾਂ ਨੂੰ ਅੱਛਾ ਜੀ ਵਰਸੇ ਲੈ ਕੇ ਉਹ ਟੂਮਾਂ ਸੱਟ ਕੇ ਭੱਜ ਗਏ ਅੱਛਾ ਜੀ ਟੂਬਾ ਫਿਰ ਅਸਾਂ ਖਾਧੀਆਂ ਗਰੀਬੀ 'ਚ ਉਦੋਂ ਪਾਕਿਸਤਾਨ ਲਾਂਡੇ ਕਈ ਬੰਦੇ ਦਿਨੇ ਲੁਕੇ ਸਨ ਜਿਹੜੇ ਉਹ ਕਮਾਦਾਂ 'ਚ ਰਹਿੰਦੇ ਸਨ ਅੱਛਾ ਤੇ ਰਾਤ ਨੂੰ ਟੁੱਟਦੇ ਸਨ ਤਾਰਾ ਨਿਸ਼ਾਨ ਤਾਰਾ ਨਿਸ਼ਾਨ ਅੱਛਾ ਹਾਂ ਜਿੱਥੇ ਤੁਹਾਡਾ ਕੈਂਪ ਲੱਗਿਆ ਸੀ ਉੱਥੇ ਤਾਂ ਨਹੀਂ ਕੋਈ ਮਾਰ ਕੱਟ ਹੋਈ ਸੀ ਨਹੀਂ 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 ਉੱਧਰ ਜੰਗਲ 'ਚ ਨਹੀਂ ਹੋਈ ਉੱਥੇ ਨਹੀਂ ਹੋਈ ਕਿੱਥੇ ਹੋਈ ਸੀ ਉਹ ਇੰਗਣੇ ਹੋਈ ਸੀ ਸਾਡੇ ਪਿੰਡ ਜਿਹੜੇ ਘਰਾਂ 'ਚ ਨਿਕਲੇ ਆ ਅੱਗ ਲੱਗ ਗਈ ਅੱਛਾ ਉਹ ਬੰਦਾ ਮੇਰੇ ਨਾਲ ਦੋ ਮਰ ਗਏ ਉਸ ਬੰਦੇ ਉੱਤੇ ਡਿੱਗੀ ਹੁਣ ਉਹਦਾ ਸਾਫਾ ਮੇਰਾ ਸੀ ਉਹ ਜਿਹਾ ਸਾਫਾ ਹੁੰਦਾ ਸੀ ਅੱਛਾ ਉਹਦੇ ਸਾਡੇ ਘਰ ਉਹਦੇ 'ਤੇ ਡਿੱਗੀ ਹੈ ਉਹ ਲੰਬੜਦਾਰ ਸੀ ਆਪਣੇ ਪਿੰਡ ਦੀ ਪੱਤੀਆਂ ਕਿੰਨੀਆਂ ਸਨ ਪੱਤੀਆਂ ਦੋ ਹੀ ਸਨ ਦੋ ਅਤੇ ਫਿਰ ਲੰਬੜਦਾਰ ਵੀ ਦੋ ਹੋਣੇ ਨੇ ਨਾ ਹਾਂ ਲੰਬੜਦਾਰ ਵੀ ਦੋ ਕਿਹੜਾ ਕਿਹੜਾ ਅਸਮਾਈਲ ਅਤੇ ਬਦਰਾ ਬਦਰਾ ਜਿਹੜਾ ਆਪਣਾ ਪਿੰਡ ਸੀ ਹੰਸਪੁਰ ਆਪਣਾ ਘਰ ਕਿੱਥੇ ਕਰਕੇ ਸੀ ਯਾਦ ਹੈ ਯਾਦ ਹੈ ਦੱਸੋ ਨਾ ਗਲੀ ਮਹੱਲਾ ਦੱਸੋ ਉਹ ਪਾੜ ਪਾਸੇ ਸਾਡੇ ਖੂਹ ਸਾਡੇ ਸਨ ਸਾਰਾ ਪਾਣੀ ਪਾਣੀ ਪੀਂਦੇ ਸਨ ਨਾਂ ਕੀ ਸੀ ਖੂਹ ਦਾ ਪੱਟੀਆਂ ਦਾ ਖੂਹ ਪੱਟੀਆਂ ਦਾ ਖੂਹ ਪਹਾੜ ਵਾਲੇ ਪਾਸੇ ਨਹੀਂ ਲਾਂਦੇ ਪਾਸੇ ਲਾਂਦੇ ਪਾਸੇ ਅਤੇ ਘਰ ਵੀ ਉਸੇ ਪਾਸੇ ਸੀ ਹਾਂ ਜੇ ਹੁਣ ਤੁਹਾਨੂੰ ਲੈ ਜਾਈਏ ਤਾਂ ਘਰ ਪਹੁੰਚ ਜਾਓਗੇ ਪਹੁੰਚ ਜਾਵਾਂਗੇ ਤੁਹਾਨੂੰ ਜਾ ਕੇ ਪਿੰਡ ਛੱਡ ਦਈਏ ਘਰ ਲੱਭ ਲਓਗੇ ਉਹ ਜਗ੍ਹਾ ਲੱਭ ਲਾਂਗੇ ਜੀ ਅੱਛਾ ਜੀ ਨਹੀਂ ਲੱਭ ਲਾਂਗੇ ਉੱਥੇ ਕਈ ਦਾ ਕੋਈ ਕਿਵੇਂ ਦਾ ਸੀ ਘਰ ਯਾਦ ਹੈ ਨਕਸ਼ਾ ਬਾਹਰ ਪੱਟਾ ਸੀ ਪੂਰੀ ਮਸਜਿਦ 'ਤੇ ਪੂਰੀ ਮਸਜਿਦ 'ਤੇ ਪੱਟਾ ਲਾ ਦਿੱਤਾ ਸੀ ਅੱਛਾ ਹਾਂ ਠੀਕ ਹੈ ਪੱਟਾ ਲਾ ਦਿੱਤਾ ਸੀ ਪੂਰਾ ਆਪ ਪਕਵਾਇਆ ਸੀ ਅੱਛਾ ਹਾਂ ਘਰ ਜਿਹੜਾ ਸੀ ਨਾ ਆਪਣਾ ਘਰ ਕਿਵੇਂ ਦਾ ਸੀ ਕਿੰਨੇ ਕਮਰੇ ਸਨ ਕੀ ਅੱਗੇ ਹਵੇਲੀ ਸੀ ਉਹ ਦੱਸੋ ਅੱਗੇ ਡਿਉੜੀ ਸੀ ਅੱਛਾ ਕੱਚੀ ਅਤੇ ਉਦੋਂ ਸਾਰੇ ਪਕਾਣ ਕੱਚੇ ਅੱਛਾ ਕੱਚੇ ਸਨ ਹਾਂ ਅਤੇ ਕੋਈ ਕੋਈ ਵੇਲੇ ਵੇਲੇ ਪੱਕੇ ਚਬਾਰਾ ਕਿਹਦਾ ਸੀ ਪਿੰਡ 'ਚ ਚਬਾਰਾ ਸਾਡਾ ਤੁਹਾਡਾ ਚਬਾਰਾ ਠੀਕ ਹੈ
ਤੇ ਮਸਜਿਦਾਂ ਕਿੰਨੀਆਂ ਸਨ ਪਿੰਡ 'ਚ? ਮਸਜਿਦ ਦੋ। ਕਿਹੜੇ ਕਿਹੜੇ ਪਾਸੇ? ਇੱਕ ਚੜ੍ਹਦੇ ਸੀ ਕਲੰਦਰ। ਅੱਛਾ, ਅਤੇ ਸਕੂਲ ਵੀ ਹੈਗਾ ਸੀ? ਹਾਂਜੀ। ਕਿੰਨਵੀਂ ਤੱਕ? ਪੰਜਵੀਂ ਤੱਕ। ਉਹ ਕਿਹੜੇ ਪਾਸੇ ਸੀ? ਉਹ ਵੀ ਲਾਂਦੇ ਪਾਸੇ। ਲਾਂਦੇ ਪਾਸੇ। ਅਤੇ ਕੋਈ ਗੁਰਦੁਆਰਾ ਮੰਦਰ? ਨਹੀਂ ਨਹੀਂ। ਸਿੱਖ ਕੋਈ ਨਹੀਂ। ਸਿੱਖਾਂ ਦੇ ਕਿਹੜੇ ਪਿੰਡ ਸਨ ਨਾਲ ਦੇ? ਇੰਗਣਾ ਅਤੇ ਵੀਰ ਜੀ। ਅੱਛਾ। ਅੱਧੇ ਸਿੱਖ ਸਨ ਅਤੇ ਅੱਧੇ ਮੁਸਲਮਾਨ। ਉਹ ਵੀ ਭੱਟੀ ਸਨ ਮੁਸਲਮਾਨ? ਹਾਂ। ਉਹਨਾਂ ਨੂੰ ਕੱਢਦੇ ਪਏ, ਸਾਡੇ ਪਿੰਡ ਬੰਦਾ ਆਇਆ, ਉਹਨਾਂ ਨੇ ਕੱਢਦੇ ਪਏ, ਅੱਗ ਲਾਏ ਨੇ ਉਹਨਾਂ ਨੇ ਮਕਾਨਾਂ ਨੂੰ। ਅੱਧੇ ਅੱਧੇ ਸਿੱਖ ਸਨ ਜਿਹੜੇ। ਅੱਗ ਕਿੰਨੇ ਲਾਈ? ਸਿੱਖਾਂ ਨੇ। ਅੱਛਾ। ਮਿਲਟਰੀ ਨਾਲ ਅੱਗ ਲਾ ਛੱਡੀ? ਅੱਗ ਲਾ ਛੱਡੀ ਮਕਾਨਾਂ ਨੂੰ ਤੇ ਕੱਢੀ। ਉਹ ਇਹ ਪੈ ਗਿਆ ਫਿਰ ਸਾਡਾ ਪਿੰਡ ਮਾਰਕੰਡ ਸੀ ਸਾਰੇ ਜ਼ਿਲ੍ਹੇ 'ਚ। ਅੱਛਾ। ਸਾਡਾ ਜ਼ਿਲ੍ਹਾ ਜ਼ਿਲ੍ਹਾ ਸੀ ਨਾ, ਸਾਡਾ ਮਸ਼ਹੂਰ ਪਿੰਡ ਸੀ। ਅੱਛਾ। ਹਾਂ। ਕਾਹਦੇ 'ਚ ਮਸ਼ਹੂਰ ਸੀ? ਲੜਾਈਆਂ ਡਾਕਿਆਂ 'ਚ ਪੁੱਤਰ। ਅੱਛਾ ਜੀ। ਕਿਹੜਾ ਸੀ ਆਪਣੇ ਇਲਾਕੇ ਦਾ ਵੱਡਾ ਭਲਵਾਨ? ਕਿਹੜਾ ਸੀ? ਮੇਰਾ ਪਿਓ। ਕੀ ਨਾਂ ਸੀ ਅੱਬਾ ਜੀ ਦਾ? ਮਨਸੂਰ। ਅੱਛਾ, ਉਹ ਭਲਵਾਨ ਸਨ? ਅੱਛਾ। ਉਹ ਆਉਂਦਾ ਸੀ ਕੰਧ ਜਮਾ ਮੇਰੇ ਚਿੜਦੇ ਉੱਤੇ, ਮੈਂ ਲੱਗ ਜਾਂ ਜੁੜਾ ਜਾਏਗੀ ਵਿੱਚ। ਐਡੇ ਭਲਵਾਨ ਸਨ? ਵਾਹ ਜੀ। ਪੈਦਲ ਆਏ ਸੋ ਕਿ ਗੱਡਿਆਂ 'ਤੇ ਆਏ ਸੋ? ਪੈਦਲ। ਕਿੱਥੋਂ ਕਿੱਥੋਂ ਹੋ ਕੇ ਆਏ ਹੋ? ਬੀਕਾਨੇਰ ਦੀ ਹੱਦ 'ਤੇ ਅਤੇ ਪਟਿਆਲੇ ਦੀ ਹੱਦ 'ਤੇ। ਬੀਕਾਨੇਰ ਅਤੇ ਪਟਿਆਲੇ ਦੇ ਵਿੱਚੋਂ ਦੀ ਲੰਘ ਕੇ? ਹਾਂ ਹਾਂ। ਫਿਰ ਅੱਗੇ ਕਿੱਧਰ ਗਏ? ਅਗਾਂ ਆਏ ਪਵਨ ਨਗਰ ਕਸੂਰ ਪੰਨੇ ਨੇ। ਸਤਰ। ਅੱਛਾ, ਉੱਧਰੋਂ ਦੀ ਆਏ ਹੋ? ਹਾਂ, ਉੱਧਰੋਂ। ਫਿਰ ਕਿੱਥੇ ਆ ਗਏ? ਪਹਿਲਾਂ ਆ ਕੇ ਕਿੱਥੇ ਆਬਾਦ ਹੋਏ ਹੋ? ਗਏ ਆਓ ਜੜ੍ਹਾਂ। ਅੱਛਾ, ਪਹਿਲਾਂ ਡੇਰਾ ਉੱਥੇ ਲਾਇਆ ਤੁਸੀਂ, ਉੱਥੋਂ ਜੜ੍ਹਾਂ ਵਾਲੇ ਤੋਂ ਗੁਜਰਾਂ? ਇੱਥੇ ਕਦੋਂ ਆਏ ਸੋ? ਕਿੰਨੀ ਦੇਰ ਬਾਅਦ? ਸਾਲ ਬਾਅਦ, ਦੋ ਬਾਅਦ, ਚਾਰ ਬਾਅਦ? ਜ਼ਮੀਨ ਪੂਰੀ ਪੈ ਗਈ ਸੀ? ਨਹੀਂ। ਹੈ ਜ਼ਮੀਨ ਪੈ ਗਈ ਚੌਥਾ ਹਿੱਸਾ। ਅੱਛਾ, ਤਿੰਨ ਹਿੱਸੇ ਕੱਟ ਲੱਗ ਗਿਆ? ਕੱਟ ਲੱਗ ਗਿਆ। ਅੱਛਾ। ਹਾਂ, ਜਦੋਂ ਇੱਥੇ ਆਏ ਹੋ ਇਸ ਪਿੰਡ, ਇੱਥੋਂ ਦੇ ਜਿਹੜੇ ਲੋਕਲ ਲੋਕ ਸਨ, ਉਹਨਾਂ ਨੇ ਤੁਹਾਡੇ ਨਾਲ ਕਿਵੇਂ ਦਾ ਸਲੂਕ ਕੀਤਾ ਹੈ? ਹੁਣ ਮੇਰਾ ਪੁੱਤਰ ਕੋਲ ਬੈਠਾ ਹੈ, ਇਹੀ ਤੇ ਪੁੱਛਣਾ ਹੈ। ਤੁਸੀਂ ਜੋ ਮਰਜ਼ੀ ਕਰੋ, ਆਪਣੀ ਮਰਜ਼ੀ ਕਰੋ, ਇਹੀ ਤੇ ਪੁੱਛਣਾ। ਜੋ ਤੁਹਾਨੂੰ ਹੋਇਆ ਤੁਸੀਂ ਉਹ ਦੱਸਣਾ। ਜੋ ਕਰਨਾ ਹਾਂ, ਕਿਸੇ ਨਾਲ ਮਾਰ ਕੇ ਸਾਨੂੰ ਅੱਗੇ ਕਰ ਦੇਣਾ ਸੀ ਗੱਲ ਵਾਲਾ ਬੰਦਾ ਸੀ ਜ਼ਿਲ੍ਹਾ ਸਾਰ। ਅੱਛਾ। ਕਿਹੜੀ ਗੱਲ ਕਰ ਲੈਣੀ? ਉਸ ਤੋਂ ਨਹੀਂ, ਉਸ ਤੋਂ ਨਹੀਂ ਫਿਰਨਾ? ਨਹੀਂ। ਮੈਂ ਜਿਹੜੀ ਗੱਲ ਪੁੱਛੀ ਹੈ ਨਾ, ਮੈਂ ਕਿਹਾ ਜਦੋਂ ਇੱਥੇ ਆਏ ਹੋ, ਜਿਹੜੇ ਬਸ਼ਿੰਦੇ ਹਨ ਇੱਥੋਂ ਦੇ, ਉਹਨਾਂ ਦੇ ਲੋਕਾਂ ਨੇ, ਇਹ ਲੋਕਾਂ ਨੇ ਤੁਹਾਡੇ ਨਾਲ ਕਿਵੇਂ ਦਾ ਵਸੇਬਾ ਕੀਤਾ ਸੀ? ਕੋਈ ਮੰਜੀ ਬਿਸਤਰਾ ਦਿੱਤਾ ਕਿ ਨਹੀਂ? ਅੱਛਾ, ਹੈ ਉਹ ਦੱਸੋ ਸਾਨੂੰ। ਸਲੂਕ ਚੰਗਾ ਰਿਹਾ ਆਸ਼ਕ ਦਾ, ਇਹ ਆਸ਼ਕ ਗੋਂਦਲ ਸਾਹਿਬ ਦਾ? ਹਾਂ, ਗੋਂਦਲ ਦੀ ਮਾਂ ਮੇਰੀ ਭੈਣ ਬਣੀ। ਅੱਛਾ। ਚੌਧਰੀ ਸ਼ਾਹ ਮੰਮੀ ਸੀ। ਅੱਛਾ। ਇਹ ਆਸ਼ਕ ਪੜ੍ਹਦਾ ਹੁੰਦਾ ਸੀ, ਇਹਦੀ ਅਮਦਾਦਾ ਸੀ ਕੀਤੀ। ਅੱਛਾ। ਨੰਨੇ ਛੋਟੇ ਦੀ ਇਹ ਫਿਰ ਸਾਡੀ ਕਰਦਾ ਰਿਹਾ। ਵਾਹ ਜੀ ਵਾਹ। ਇਹ ਫਿਰ ਚੌਧਰੀ ਹੋ ਗਿਆ ਮਾਮਾ ਜੀ। ਉਹ ਬੇਰਾ ਦਾ ਸਹੀ ਹੈ, ਡਾਂਗ ਛੋਟੇ ਨੂੰ ਵੀ ਸਪੋਰਟ ਕਰਦਾ ਸੀ। ਫਿਰ ਸਾਡਾ ਘਰ ਤੁਹਾਨੂੰ ਦੱਸਿਆ ਨਾ, ਇੱਕ ਸੀ ਬਾਬੇ ਦਾ ਅਤੇ ਸਾਡਾ ਘਰ ਹੀ ਇੱਕ ਸੀ ਸਾਰੀ ਜ਼ਿੰਦਗੀ। ਅਤੇ ਘੋੜੀ ਘੋੜੀ ਵੀ ਰੱਖੀ ਸੁਣਿਆ? ਘੋੜੀ ਬੱਲੇ 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 ਆਹ ਕੰਟ ਟੱਪ ਜਾਂਦੀ ਐਡੀ ਘੋੜੀ ਸੀ। ਹਾਂ। ਵਾਹ ਜੀ ਵਾਹ। 26 ਘੋੜੇ ਦੇ 26 ਘੋੜੀਆਂ ਤੁਸੀਂ 26 ਘੋੜੇ ਦੇ 26 ਘੋੜੀਆਂ ਦੇ ਜਿੱਤ 6 ਕੱਪ ਜਿੱਤੇ। ਅੱਛਾ। ਜਿੱਤ ਲਏ ਕਿੱਥੋਂ? ਉੱਪਰ ਵਟੂ ਹੁਣ। ਤੇ ਤੁਸੀਂ ਆਪ ਜਾਂਦੇ ਹੋ? ਹਾਂ। ਤੇ ਕਦੋਂ ਛੱਡਿਆ ਫਿਰ ਆ ਸ਼ੌਕ? ਇੰਨਾ ਛੱਡਦਾ ਤੇ ਰਖਾਣੀਆਂ ਹਨ ਨਾ ਆਉਂਦੇ ਨੇ ਸਮਝ। ਅੱਛਾ। ਨਹੀਂ ਸਮਝਦੀਆਂ ਤੇ ਮੈਂ
ਦਬੜਾ ਭਰ ਕੇ ਕਣਕ ਦਾ ਅੱਗੇ ਰੱਖ ਦੇਣਾ, ਉੱਤੇ ਗੁੜ ਰੱਖ ਦੇਣਾ, ਉੱਤੇ ਇੰਨਾ ਮੱਖਣ ਰੱਖ ਦੇਣਾ। ਵਾਹ! ਜਿਹੜੇ ਚੜ੍ਹਨਾ ਉੱਤੇ ਉਹਦਾ ਨਵਾਂ ਮਨੁੱਖ ਹੋ ਪਹਿਲੇ ਕਹਿਣਾ। ਵਾਹ ਜੀ ਵਾਹ! ਜਿਹੜੀ ਆਸ਼ਕ ਦੀ ਮਾਂ ਸੀ ਗੋਂਦਲ ਦੀ, ਉਹ ਭੈਣ ਬਣੀ ਸੀ ਤੁਹਾਡੀ? ਉਹਦਾ ਕੀ ਨਾਂ ਸੀ? ਉਹ ਭੈਣ ਬਣੀ ਸੀ ਤੁਹਾਡੀ? ਹਾਂ। ਨਾਂ ਕੀ ਸੀ? ਨਾਂ ਕੀ ਸੀ? ਹਾਕਮ ਬੀਬੀ। ਵਾਹ! ਭੈਣ ਨੇ ਤੇ ਫਿਰ ਤੁਹਾਡੇ ਨਾਲ ਤਾਵਨ ਕੀਤਾ ਹੋਣਾ ਨਾ ਜਦੋਂ ਆਏ? ਬੱਲੇ 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 ਹਰ ਜਾਣ ਲੈਂਦੇ ਸੀ। ਅੱਛਾ ਜੀ। ਹਾਂ, ਤੇ ਅੱਲਾ ਦੀ ਰਹਿਮਤ ਰਹੀ। ਵਾਹ! ਅੱਲਾ ਸਾਡਾ ਮੰਤਰੀ ਹੈ। ਇਹਨਾਂ ਦੇ ਪਿੰਡ 'ਚ ਵੀ ਕਮੀ ਮਰਿਆ, ਆ ਬੁੜੀ ਦੇਖ ਪਕਵਾ ਕੇ ਦਿੰਦੀ ਰਹੀ। ਵਾਹ ਜੀ ਵਾਹ! ਤੇ ਉਹ ਇੱਕ ਬੰਦੇ ਨੇ ਮੇਰੇ ਵੱਡੇ ਪੁੱਤਰ ਦੇ ਆ ਕੇ ਰੱਖ ਕੇ ਮੈਨੂੰ ਤਿਆਰ ਕਰਤਾ। ਅੱਛਾ! ਇੰਡੀਆ ਜਾਣ ਦਾ। ਮੈਂ ਕਿ ਕੀ ਕਰਾਂਗਾ ਉੱਥੇ ਜਾ ਕੇ? ਜ਼ਮੀਨ ਦੇ ਮੱਲੇ ਤੇ ਪੈ ਗਏ। ਅੱਛਾ! ਅਤੇ ਲਾਹੌਰ ਆ ਗਈ। ਲਿਖਣ ਵਾਲੇ ਭਾਵੇਂ ਲਿਖਦੇ ਮਾੜੀ ਚੀਜ਼ ਭਾਵੇਂ ਚੰਗੀ। ਹਾਂ, ਹੁਣ ਵੀ ਹੁਕਮ ਹੋ ਜਾਏ ਅਸਾਂ ਨਹੀਂ ਕਰਾਉਂਦੇ ਨਾ ਮਾਂ ਨੇ ਵੇਖਣਾ। ਤੁਰ ਜਾਣਾ, ਤੁਰ ਜਾਣਾ, ਗੌਰਮੈਂਟ ਦੇ ਕੰਮ ਤੁਰ ਜਾਣਾ, ਲਾੜੇ ਮਾਂ ਨੇ ਤੁਰ ਜਾਣਾ। ਕਿਆ ਬਾਤ! ਵਤਨ ਐਡਾ ਪਿਆਰਾ, ਵਤਨ ਬੜਾ ਪਿਆਰਾ। ਭੁੱਲਦਾ ਨਹੀਂ ਬੰਦੇ ਨੂੰ, ਹੈ ਨਾ? 100 ਸਾਲ ਬਾਅਦ ਵੀ ਨਹੀਂ ਭੁੱਲਦਾ। ਹਲਾਲ ਦੀ ਰੋਜ਼ੀ ਖਾਂਦੇ ਰਹੇ, ਹਲਾਲ ਦੀ ਰੋਜ਼ੀ ਖਾਂਦੇ ਰਹੇ। ਆ ਕੱਚੀ ਮਸੀਤ ਸੀ ਸਾਡੀ, ਉਹਦੇ ਕੋਲ ਆਵਾਂ ਪਿਆ, ਇੰਟਰਵਿਊ ਲੈਣ ਲੱਗਿਆ। ਮੈਂ ਮਾਣ ਕੀਤਾ ਕਿ ਮੇਰੇ ਜਿਹਾ ਬੁਲਾਦਰੀ ਪੈਦਾ ਨਹੀਂ ਹੋਣਾ। ਅੱਛਾ! ਨੀ ਚਾਦਰ ਤੇ ਬੰਦੂਕ ਪਾਈ। ਅੱਛਾ! ਪੱਕੀ ਬੰਦੇ ਦੁਆ ਸਲਾਮ ਮੇਰੇ ਨਾਲ ਨਹੀਂ ਲੈਂਦੇ, ਡਰਦੇ ਕਿ ਬਾਬਾ ਗੋਲੀ ਨਾ ਮਾਰ ਦੇ। ਨਹੀਂ ਨਹੀਂ, ਹੱਥ ਘੁੱਟ। ਅੱਛਾ! ਅੱਛਾ! ਫਿਰ ਹੱਥ ਘੁੱਟ ਛੱਡਦੇ ਹੋ ਪੂਰਾ? ਨਹੀਂ ਨਹੀਂ, ਜਿਹੜਾ ਮੇਰੇ ਨਾਲ ਦੁਆ ਸਲਾਮ ਮੈਂ ਪੈ ਛੱਡਦਾ। ਅੱਛਾ ਜੀ! ਆਹ ਬਾਬੇ ਨੂੰ ਮਿਲਿਆ ਜੇ ਨਾ ਵੇ। ਵਾਹ ਜੀ ਵਾਹ! ਜਿਹੜਾ ਉਹ ਚਾਵਾ ਸੀ ਉਹਦਾ ਹੱਥ ਘੁੱਟਦਾ। ਵਾਹ! ਉਹ ਨਹਿ ਛੱਡਦਾ ਸੀ ਬੰਦੇ। ਕੌਣ? ਚੂੜਾ। ਅੱਛਾ! ਰਾਹ 'ਚ ਮੈਂ ਵਿੱਚ ਐਡੀ ਕੁੜੀ ਕਰੀ, ਉਹ ਜਿਉਂਦੀ, ਉਹਨੇ ਕੁਦਰਤ ਨੇ ਚੱਕ ਕੇ ਮੇਰੇ ਮੋਢੇ ਦੇ ਬਾਤੇ। ਅੱਛਾ! ਉਹ ਬੜੇ ਘਰ ਦੀ ਪੋਤਰੀ। ਅੱਛਾ! ਉਹ ਜਿਹੜਾ ਸਾਡੇ ਪਹਾੜ ਪਾਸੇ ਸੀ ਨਾ, ਵੀਰਾਵਦੀ, ਉੱਥੋਂ ਲਮਦਰਾਂ ਦੀ ਪੋਤਰੀ। ਅੱਛਾ! ਉਹ ਮਾਰੀ ਆਵੇ ਤੇ ਉਹ ਆਉਂਦਾ ਚੂੜਾ, ਮੈਂ ਨਾ ਮਾਰੀ, ਮਾਂ ਤੂੰ ਬਲੀ ਹੈ, ਕਾਤਾ ਉਹਨਾਂ ਲਾਸ਼ਾਂ ਦੇ ਵਿੱਚ। ਜੇ ਵੇਲੇ ਦੀ ਗੱਲ ਕਰੀਏ, ਵੇਲੇ ਦੀ, ਵੇਲਾ ਪਿਆਰ ਮੁਹੱਬਤ ਦੇ ਹਿਸਾਬ ਨਾਲ ਉਹ ਚੰਗਾ ਸੀ ਜਾਂ ਅੱਜ ਦਾ ਚੰਗਾ? ਚੌਧਰੀ ਪਿਛਾਂ ਹੈ ਅਤੇ ਬਨਵਾਸ ਅੱਗੇ। ਵਾਹ! ਮੁਹੱਬਤ ਉਹ ਵੇਲਾ ਚੰਗਾ ਸੀ, ਉਹ ਵੇਲਾ ਚੰਗਾ ਸੀ, ਉਹ ਚੰਗਾ, ਇੱਕ ਦੂਜੇ ਦੀ ਹਜ਼ਾ। ਹਾਂ, ਗੱਲ ਵੀ ਕਰਦੇ ਰਹਿਣੀ, ਹਜ਼ਾ ਵੀ ਕਰਦੇ ਰਹਿਣਾ, ਨਿਆਂ ਵੀ ਕਰਦੇ, ਗੱਲ 'ਤੇ ਪਹਿਰਾ ਦੇਣਾ ਨਾ। ਅਤੇ ਹੁਣ? ਹੁਣ ਨਹੀਂ, ਉਹ ਤੋਵਾ ਹੋਣ ਵਾਲੇ ਜ਼ਮਾਨੇ ਤੋਂ। ਅੱਛਾ! ਤੋਵਾ ਇੰਨਾ ਫਰਕ ਪੈ ਗਿਆ? ਇੰਨਾ ਪੈ ਗਿਆ ਪੁੱਤਰ। ਉਦੋਂ ਇੱਕ ਦੂਜੇ ਦੀ ਧੀ ਭੈਣ ਦੀ ਮੁਸਲਮਾਨ ਸਿੱਖ ਹਿੰਦੂ ਇੱਜ਼ਤ ਕਰਦਾ ਸੀ? ਹਾਂਜੀ, ਕਰਦਾ ਸੀ। ਅੱਛਾ! ਹਿੰਦੁਸਤਾਨ ਦੇ ਪੈਸੇ ਲਾ ਕੇ ਸੰਦ ਬਣਾਇਆ। ਅੱਛਾ! ਉਹ ਪਾਣੀ ਤੋੜ ਕੇ ਨਮਾਜ਼ ਨਹੀਂ ਲੈਂਦੇ। ਅੱਛਾ ਜੀ! ਅਤੇ ਮੈਂ ਡਾਂਗਾ ਫੇਰਦਾ। ਅੱਛਾ! ਪਾਣੀ ਤਰੋੜ ਕੇ ਨਮਾਜ਼ ਨੀਤ ਲੈਂਦੇ? ਹਾਂ, ਨਮਾਜ਼ ਨੀਤ ਲੈਂਦੇ। ਤੁਸੀਂ ਫਿਰ ਮਗਰੋਂ? ਮਗਰੋਂ ਮੈਂ ਆਉਂਦਾ ਉਹ ਅਖੀਰ 'ਤੇ ਪਵਾਂ। ਅੱਛਾ! ਸੇਮ ਨਾਲ। ਵਾਹ!
ਉੱਥੋਂ ਆਉਂਦਾ ਤਾਂ ਫਿਰ ਮੈਂ ਡਾਂਗ ਫੇਰਦਾ ਉੱਥੇ ਨਾ ਨਾ ਉਹ ਕਿਹੜੇ ਬੰਦੇ ਨਮਾਜ਼ ਨੀਤੀ ਅੱਜ ਅੱਗੇ ਨੇ ਨਮਾਜ਼ ਨੀਤੀ ਉੱਥੇ ਜਿਹੜਾ ਆਪਣਾ ਪਿੰਡ ਸੀ ਨਾ ਹੰਸਪੁਰ ਉੱਥੇ ਤੁਹਾਡੀ ਉਮਰ ਦੇ ਜਿਹੜੇ ਮੁੰਡੇ ਹਨ ਨਾ ਉਹਨਾਂ ਦੇ ਨਾਂ ਦੱਸੋ ਮੈਨੂੰ ਖਤਰੀਆਂ ਦੇ ਹਾਂਜੀ ਸੋਹਣੇ ਮੋਹਣੇ ਹੁੰਦੇ ਹੁੰਦੇ ਨਾਂ ਰੱਖਦੇ ਚੌਧਰੀ ਹੋਵੋਗੇ ਤੁਸੀਂ ਇਸ ਮੁੰਡੇ ਦਾ ਵਾਲ ਵੀ ਵਿਗੜ ਗਿਆ ਨਾ ਮੁਹੰਮਦ ਆਸ਼ਿਕ ਦਾ ਅਸੀਂ ਮਾਰ ਦਾਂਗੇ ਤੁਹਾਨੂੰ ਅੱਛਾ ਜੀ ਵਾਹ ਜਵਾਨ ਅਸੀਂ ਬੜੇ ਸਾਂ ਅਤੇ ਮਾਲ ਕੋਨੀ ਜੀ ਹੁਣ ਤਾਂ ਸਭ ਕੁਝ ਜੀਦਾਰ ਤਾਂ ਹੈ ਸੋ ਨਾ ਹਾਂ ਜੀਦਾਰ ਅਸੀਂ ਇਹਨਾਂ ਨਾਲ ਜਾਨ ਰੱਖੀ ਹਾਕਮ ਬੀਬੀ ਮੇਰੀ ਭੈਣ ਨਸ਼ਈਆ ਜਿਹੜਾ ਨਸ਼ਈ ਸੀ ਡੇਰੇ ਜਾਣ 'ਤੇ ਉਹਨੂੰ ਪੈਸੇ ਦਿੰਦੀ ਸੀ ਜਾ ਨਸ਼ਾ ਲਿਆ ਤਾਂ ਤੂੰ ਕਿਵੇਂ ਬੈਠਾ ਅੱਛਾ ਅਤੇ ਉਹ ਗੱਲ ਵੀ ਕਰਨ ਜਾਣਦੀ ਸੀ ਮਰਦ ਜੀ ਨੇ ਅੱਛਾ ਕਸਮੇ ਰੱਬ ਦੀ ਚਿੜੇ ਬਣਦੀ ਸੀ ਦੋ ਸਾਲ ਹੋ ਗਿਆ ਮੰਦੀ ਸੀ ਬੈਠੇ ਉਦੋਂ ਸੋਹਣੀ ਘੋੜੀ ਕਿੰਨੇ ਕੁ ਦੀ ਆ ਜਾਂਦੀ ਸੀ ਜਦੋਂ ਤੁਸੀਂ ਉੱਜੜ ਕੇ ਆਏ ਉਦੋਂ ਘੋੜੀ ਸਾਡੇ ਪਿੱਛੇ ਲਾਉਂਦੇ ਹੁੰਦੇ ਹਨ ਅਸੀਂ ਨਿੱਕੇ ਨਿੱਕੇ ਸਾਡੇ ਪਿੱਛੇ ਲਾ ਰਹੇ ਅਸੀਂ ਨੱਸ ਜਾਂਦੇ ਹੁੰਦੇ ਸੋਹਣੀ ਘੋੜੀ ਉਦੋਂ ਕਿੰਨੇ ਕੁ ਦੀ ਆ ਜਾਂਦੀ ਵੀ 35 ਪੰਜੀ 30 ਰੁਪਈਏ ਦੀ ਹਾਂ 500 ਦੀ 500 500 ਦੀ ਅਤੇ ਸੋਹਣੀ ਮੱਝ ਮੱਝ 60-70 ਦੀ ਅੱਛਾ 60-70 ਦੀ ਅੱਛਾ ਤੇ ਦੇਸੀ ਘਿਓ ਉਦੋਂ ਮੰਨਦਾ ਹੁੰਦਾ ਸੀ ਰੁਪਈਏ ਦੀ 20 ਸਿਰ ਕਣਕ 12 ਰੁਪਈਏ ਦਾ 125 ਰੁਪਈਆ ਸਿਰ ਘਿਓ ਦਾ 125 ਰੁਪਈਏ ਘਿਓ ਆ ਜਾਂਦਾ ਵਾਹ ਜੀ ਵਾਹ ਫਿਰ ਤਾਂ ਪੀਂਦੇ ਹੋਣੇ ਲੋਟਿਆਂ ਨਾਲ ਲੋਟਿਆਂ ਨਾਲ ਪੀਂਦੇ ਤਾਂ ਅੱਛਾ ਜੀ ਤਾਂ ਹੀ ਤਾਂ ਭਲਵਾਨੀ ਕਰਦੇ ਹੋ ਹੱਥ ਘੁੱਟਦੇ ਹੋ ਬੱਲੇ 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 ਉਦੋਂ ਕਦੋਂ ਦੁੱਧ ਵਿਕਦੇ ਰਹਿਣਾ ਇੱਥੇ ਆਣ ਕੇ ਨਹੀਂ ਕਈ ਕਈ ਸਾਲ ਵੇਚਿਆ ਦੁੱਧ ਉਦੋਂ ਵਿਕਦਾ ਹੀ ਨਹੀਂ ਸੀ ਨਹੀਂ ਸੀ ਅੱਧਾ ਗਾਹ ਸੀ ਅੱਧਾ ਮੰਜੀ ਸਿਹਮਤ ਕਰੋ ਕੋੜਾਂ ਸਿਹਮਤ ਕਰ ਜਾਣੀਆਂ ਇਹ ਡਾਲਟਾ ਕਦੋਂ ਆਇਆ ਆ ਡਾਲਟਾ ਕੱਲ੍ਹ ਪਰਸੋਂ ਆਇਆ ਇਹ ਖਾ ਲੈਂਦੇ ਹੋ ਸ਼ੌਕ ਨਾਲ ਜਦੋਂ ਆਇਆ ਹੈਂ ਅਸੀਂ ਪੀਪੇ 'ਤੇ ਜਾਣਾ ਕਿ ਉਹਦੇ ਸ਼ਹਿਰ ਸਿਰ ਸਿਰ ਘਿਓ ਕੱਢਦੇ ਹਾਂ ਮੱਝਾਂ ਉਹਨਾਂ ਨੇ ਕੰਧਾਂ ਨਾਲ ਲਾ ਦੇਣਾ ਲਪੇੜੇ ਬਾਰ ਬਾਰ ਜਿਹੜਾ ਟੁਰ ਪਿਆ ਉਹ ਨਹੀਂ ਲੈਣਾ ਜਿਹੜਾ ਜੰਮ ਗਿਆ ਉਹਨੇ ਲੈ ਲੈਣਾ ਚਲੋ ਹੁਣ ਤਿਆਰੀ ਕਰੋ ਤੁਹਾਨੂੰ ਲੈ ਕੇ ਜਾਣਾ ਤੁਹਾਡੇ ਪਿੰਡ ਨਹੀਂ ਪੁੱਤਰ ਤੁਰਿਆ ਨਹੀਂ ਜਾਂਦਾ ਇੱਥੋਂ ਗੱਡੀ 'ਤੇ ਬਹਾਣਾ ਪਿੰਡ ਲੈ ਜਾਣਾ ਚਲੋ ਹੈਂ ਦੱਸੋ ਹਾਂ ਜ਼ਰਾ ਇੰਡੀਆ ਲੈ ਜਾਂਦੇ ਲਿਜਾ ਨਹੀਂ ਸਕਦੇ ਲੈ ਜਾਵਾਂਗੇ ਅਸੀਂ ਸਾਡੇ ਕੋਲ ਜੋ ਆਉਂਦੇ ਨੇ ਅਸੀਂ ਵੀ ਲੱਗੇ ਚੱਲਾਂਗੇ ਕਿ ਉਹ ਸਿੱਖਾ ਇਸ ਮਿਲ ਉਹ ਇੱਥੇ ਆ ਗਿਆ ਮੇਰੇ ਕੋਲ ਮੈਂ ਉਹਦੀ ਸੇਵਾ ਪ੍ਰਵੇਸ਼ ਕੀਤੀ ਪੁੱਤਰੀ ਅਤੇ ਹੁਣ ਤੁਸੀਂ ਤਿਆਰੀ ਕਰੋ ਹੁਣ ਤੁਹਾਨੂੰ ਖੜਨਾ ਹੈ ਹਿੰਦੁਸਤਾਨ ਬਾਬੇ ਨੂੰ ਉਹ ਮੈਨੂੰ ਲੈ ਚੱਲ ਬਸ ਤਿਆਰੀ ਕਰੋ ਉੱਥੇ ਮੈਨੂੰ ਆਉਣ ਨਹੀਂ ਦੇਣਾ ਕਿਸੇ ਅਸਾਂ ਤੁਹਾਨੂੰ ਤੁਹਾਡਾ ਘਰ ਵਿਖਾਉਣਾ ਤੁਹਾਡਾ ਘਰ ਵਿਖਾਉਣਾ ਉਹ ਨੀਲੀ ਜਿਵੇਂ ਬੰਨਾ ਤੇ ਆਖਣਾ ਸਿੱਖ ਕਿੱਥੋਂ ਆ ਗਿਆ ਵਾਹ ਮੈਂ ਉਹ ਕੁੜੀਆਂ ਨੂੰ ਪਾੜ ਪਾੜ ਕੇ ਆਉਂਦਾ ਬਸ ਠੀਕ ਹੋ ਗਿਆ ਭਾਜੀ ਕਰੋ ਬੰਦ ਚਲੋ ਹੁਣ ਅਸੀਂ ਚੱਲੇ ਹਾਂ ਅਤੇ ਅਸਾਂ ਤੁਹਾਨੂੰ ਖੜਨਾ ਹੁਣ ਤੁਸੀਂ ਤਿਆਰ ਰਹਿਣਾ ਤਕੜੇ ਹੋ ਜਾਓ ਹੁਣ ਅੱਛਾ ਜੀ ਚਲ ਮਿਹਰਬਾਨੀ ਹਾਂ ਸਾਡਾ ਦਿਲ ਕਰਦਾ ਤੁਹਾਡਾ ਘਰ ਵਿਖਾ ਕੇ ਲਿਆਈਏ ਤੁਹਾਨੂੰ ਵਿਖਾ ਲਿਓ ਪੱਗ ਵੀ ਲੈ ਕੇ ਤਕੜੇ ਹੋ ਜਾਓ ਹੁਣ ਪੱਗ ਦਾ ਕੀ ਨਾਂ ਸੀ ਪੱਗ ਉਹਨਾਂ ਸਿੱਖਾਂ ਪੱਗ ਕੱਲੀ ਅੱਛਾ ਮੈਂ ਉਹ ਕੱਲੇ ਕੱਲੇ ਜੱਫੀ ਪਾ ਕੇ ਫੋਟੋ ਲਾਇਆ 6 ਬੰਦੇ ਇਹ ਭਾਈ ਆਸ਼ਿਕ ਨੂੰ ਮਿਲਣ
ਅੱਛਾ ਉਹਨਾਂ ਨੇ ਜਾ ਕੇ ਪੱਗ ਕੱਲੀ ਜਾਣੀ ਹੈ। ਅੱਛਾ ਇਹ ਗਿਆ ਸੀ ਮੈਂ ਉੱਧਰ। ਸਹੀ ਹੈ।